ਸ੍ਰੀ ਅਕਾਲ, ਅਸਲਾਮ ਵਾਲੇਕਮ, ਨਮਸਤੇ। ਸਵਾਗਤ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਵੀਡੀਓ 'ਚ। ਪਰ ਪਿਛਲੀ ਵੀਡੀਓ ਨੂੰ ਭਰਪੂਰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ। ਉਮੀਦ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਪਿਛਲੀ ਵੀਡੀਓ ਨੂੰ ਲਾਈਕ ਕਰ ਰਹੇ ਹੋ, ਉਮੀਦ ਕਰਦੇ ਹਾਂ ਇਸ ਵੀਡੀਓ ਉੱਪਰ ਆਪਾਂ 300 ਲਾਈਕ ਦਾ ਟਾਰਗੇਟ ਰੱਖਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਇਸ ਟਾਰਗੇਟ ਨੂੰ ਜ਼ਰੂਰ ਪੂਰਾ ਕਰ ਦੋਗੇ। ਆਓ ਦੇਖਦੇ ਹਾਂ ਵੀਡੀਓ ਤੇ ਆਨੰਦ ਮਾਣਦੇ ਹਾਂ। ਮੰਡੀ ਵਿੱਚ ਜਾ ਕੇ ਚੇਤਾ ਘਰ ਦਾ ਭੁਲਾਇਆ, ਤੈਨੂੰ ਸਾਡਾ ਕਿਤੇ ਆਉਂਦਾ ਨੀ ਖਿਆਲ, ਵੇ ਪੱਲੇਦਾਰਾ, ਵੇ ਪੱਲੇਦਾਰਾ, ਬੋਲਣਾ ਅਸਾਂ ਨੀ ਤੇਰੇ ਨਾਲ, ਵੇ ਪੱਲੇਦਾਰਾ ਬੋਲ। ਕਿਧਰਨ ਕੇ ਕੰਮ ਕਰ ਲਾ, ਜੇ ਚੌਧਰੀ ਆ ਗਿਆ ਨਾ ਤੈਨੂੰ ਉਹਨੇ ਬੋਲਣ ਜੋਗਾ ਨੀ ਛੱਡਣਾ। ਮੈਂ ਤੇ ਤੁਹਾਨੂੰ ਵੀ ਕਿਹਾ ਵੀ ਆ ਰਿਹਾ, ਬਹਿ ਜਾਓ, ਸਾਹ ਲੈ ਲਓ, ਪਾਣੀ ਪੂਣੀ ਪੀਓ, ਤੁਸੀਂ ਕਾਹਤੋਂ ਮਰਨ ਡੇ ਹੋ? ਕੰਜੂਸ ਹੈ, ਪੈਸੇ ਦੇਣ ਲੱਗਿਆ ਦੀ ਜਾਨ ਨਿਕਲਦੀ ਹੈ। ਉਹ ਸ਼ਾਬਾ ਸ਼ਾਬਾ ਸਿਰੋ, ਖੇਦੋ ਕੰਮ ਪਿਆਲਦਾ, ਤੈਨੂੰ ਸਾਮਾਨ ਬਤਾ। ਉਹ ਚੌਧਰੀ, ਤੂੰ ਪੈਸੇ ਟਾਈਮ ਨਾਲ ਦੇ ਦਿਆ ਕਰ, ਬੱਤਾਂ ਅਸੀਂ ਆਪੇ ਪੀ ਲੈਣਾ ਵਾ। ਉਹ ਪੈਸੇ ਵੀ ਤੁਹਾਨੂੰ ਦੇਈਦੇ ਹੀ ਆ। ਉਹ ਠੀਕ ਆ ਚੌਧਰੀ, ਕੰਮ ਹੀ ਇੱਕ ਤੇਰੇ ਨਾਲ। ਉਹ ਇੱਦਾਂ ਕਰੀ, ਛਾਵੇਂ ਆ ਜੀ, ਉੱਥੇ ਬਹਿਣ ਲੱਗਾ ਮੈਂ। ਚਲੋ ਛਾਵੇਂ ਬਹਿ, ਮੈਂ ਕਣਕ ਦੀ ਢੇਰੀ ਲਵਾਉਣਾ ਬੰਦਿਆਂ ਕੋਲ। ਪਤਾ ਨਹੀਂ ਕਿਹੜਾ ਗਿੱਲੀ ਸੁੱਟ ਗਏ। ਕਣਕ ਮੈਂ ਦਿੱਤੀ ਉਹ ਲਵਾ, ਤੇ ਮੈਂ ਜਾ ਕੇ ਜਿੰਦੇ ਵਾਲਿਓਂ ਲੈ ਆਵਾਂ ਬੈਰਿੰਗ ਟਰੈਕਟਰ ਦੇ, ਤੇ ਤੂੰ ਮਗਰੋਂ ਧਿਆਨ ਰੱਖੀ, ਇੱਥੇ ਬੋਰੀ ਚੜ੍ਹ ਕੇ ਸੁੱਤਣਾ ਰਵੀ, ਉਹ ਨਾ ਵੀ ਲੋਕ ਮਗਰੋਂ ਕਣਕ ਹੀ ਪਾ ਕੇ ਲੈ ਜਾਣ ਸਾਰੀ। ਭੁੱਖੇ ਢਿੱਡ ਕਿਹੜੀ ਨੀਂਦ ਆਉਂਦੀ ਆ, ਤੂੰ ਤੇ 5 ਵਜੇ ਦਾ ਠਾ ਲਿਆ, ਕਿਤੇ ਇਹ ਨਹੀਂ ਕਿਹਾ ਵੀ ਤੈਨੂੰ ਮੈਂ ਰਾਜ ਬਿਸਕੁਟ ਹੀ ਖਵਾਦਾ, ਆ 20 ਰੁਪਏ ਤੇਰੀ ਮੈਂ ਚਾਹ ਪੀਣੀ ਆ। ਚੱਲ ਧਿਆਨ ਵੀ ਰੱਖੀ ਹੁਣ, ਚੰਗਾ। ਗੁਰੂਆ ਨਾਲ ਦੀ ਨੇ ਗੱਲ ਚ ਗੂਠਾ ਦਿੱਤਾ ਈ, ਸਾਲੀ ਦਾ ਵਿਆਹ ਆ ਗਿਆ, ਇਹ ਕੂਲਰ ਹੀ ਦੇਣਾ ਵਾ, ਪੈਸੇ ਲੈ ਗਿਆ ਮੰਡੀਓ। ਤੂੰ ਕਿੱਧਰ ਆਇਆ ਵਾ ਚੌਧਰੀ ਸਾਹਿਬ? ਮੈਂ ਪਿੰਡ ਜਾਣਾ ਸੀ ਯਾਰ, ਮੈਨੂੰ ਪੈਸੇ ਲੋੜ ਹੀ ਥੋੜੇ। ਕਿੰਨੇ ਦਿਨ ਲੱਗੇ ਤੇਰੇ? ਦਿਨ ਮੇਰੇ
ਮੇਰੇ 2 ਦਿਨ ਲੱਗੇ ਆ। ਜਾ ਜਾ ਕੇ ਕੰਮ ਕਰ, ਤੈਨੂੰ ਮੈਂ ਬਾਅਦ ਚ ਬੁਲਾਉਣਾ। ਦਿਨ 2 ਲੱਗੇ ਚਾਹੀਦੇ ਨੂੰ ਪੈਸੇ। ਹਾਂ ਭਾਗੇ ਤੂੰ ਕਹਿਣ ਡਿਆ? ਉਹ ਮੈਂ ਵੀ ਇਹੋ ਹੀ ਕਹਿਣ ਡਿਆ ਚੌਧਰੀ ਸਾਹਿਬ, ਵੀ ਸਾਲੀ ਦਾ ਵਿਆਹ ਕੂਲਰ ਦੇਣਾ, ਜੇ ਆਪਾਂ ਵੀ ਹਿਸਾਬ ਕਿਤਾਬ ਕਰ ਲਈਏ। ਕਿੰਨੀਆਂ ਦਿਹਾੜੀਆਂ ਰਹਿੰਦੀਆਂ ਪੈਸੇ ਤੇਰੇ? ਮੇਰੇ ਚੌਧਰੀ ਸਾਹਿਬ 3 ਕੁ ਦਿਹਾੜੀਆਂ ਦੇ ਪੈਸੇ ਰਹਿੰਦੇ ਆ। 3 ਦਿਹਾੜੀਆਂ ਦੇ ਪੈਸੇ? ਫਿਰ ਇੱਦਾਂ ਕਰੋ, ਕੂਲਰ ਛੱਡੋ ਉਹਨੂੰ, ਤੁਸੀਂ ਏਸੀ ਲੈ ਕੇ ਦਿਓ। ਉਹ ਨਾਲੇ ਇੰਨੀ ਗਰਮੀ 'ਚ ਕੋਈ ਹਿਰਕਰ ਨਹੀਂ ਜਾਂਦਾ, ਤੇ ਤੁਸੀਂ ਵਿਆਹ ਧਰੀ ਬੈਠੇ ਹੋ। ਉਹ ਚੌਧਰੀ, ਕੀ ਤੂੰ ਕਲੈਣੀਆਂ ਜ਼ਬਾਨਾਂ ਬੋਲੀ ਜਾਣ ਡਿਆ? ਨਹੀਂ ਪੈਸੇ ਦੇਣੇ ਨਾ ਦੇ, ਬੋਲ ਤੇ ਚੱਜਣਾ ਪੈ। ਮੈਨੂੰ ਤਾਂ ਪਹਿਲਾਂ ਪਤਾ ਸੀ ਤੇਰੀ ਨੀਤ ਦਾ। ਵੀਰ ਤੂੰ ਪੱਲੇਦਾਰ ਲੱਗਾ? ਨਹੀਂ ਹੋਰ, ਮੈਂ ਇੱਥੇ ਥਾਣੇਦਾਰ ਲੱਗਾ ਆ। ਨਹੀਂ ਮੈਂ ਪੁੱਛਣਾ ਕਿ ਤੁਹਾਡੇ ਚੌਧਰੀ ਕਿੱਥੇ ਆ? ਉਹ ਬੈਠਾ ਹੀ ਕਾਲੀ ਜ਼ਬਾਨ ਵਾਲਾ। ਕੀ ਹਾਲ ਚੌਧਰੀ ਸਾਹਿਬ? ਵਧੀਆ ਵਧੀਆ। ਆ ਸਾਡੀ ਕਣਕ ਨੂੰ ਅਜੇ ਕਿੰਨਾ ਟਾਈਮ ਲੱਗਣਾ? ਤੁਹਾਡੀ ਕਣਕ ਨੂੰ ਅਜੇ ਟਾਈਮ ਲੱਗਣਾ, ਉਹ ਪੱਖਾ ਲੱਗ ਗਿਆ, ਕੰਡਾ ਕਰਨਾ ਜੇ ਉਹਨੂੰ। ਵੇਖਿਓ ਕੰਡਾ ਹੀ ਕਰਿਓ, ਕਿਤੇ ਕੁੰਡਾ ਨਾ ਕਰ ਦਿਓ। ਫੇਰ ਕਹਿਣਾ ਕਣਕ ਗਿੱਲੀ ਆ, ਰੇਟ ਘੱਟ ਲੱਗਣਾ ਆ। ਉਹ ਰੇਟ ਜਿੰਨਾ ਸਰਕਾਰੀ ਨਿਕਲਿਆ ਉਹਨਾਂ ਲੱਗਣਾ, ਮੈਂ ਕਿਹੜਾ ਰੇਟ ਘਰੋਂ ਕੱਢਿਆ ਵਾ? ਨਹੀਂ ਰੇਟ ਤਾਂ ਨਹੀਂ ਤੂੰ ਘਰੋਂ ਕੱਢਿਆ, ਜਿੰਨਾ ਤੂੰ ਤਪਿਆ ਫਿਰ ਇੰਡੇ ਮਿੰਜਾ ਦਾ ਤੈਨੂੰ ਘਰੋਂ ਕੱਢਿਆ ਆ। ਉਹ ਤਪਣਾ ਕੀ ਆ, ਇੱਕ ਉੱਤੋਂ ਇੰਨੀ ਗਰਮੀ ਪੈਣ ਡੀ ਆ, ਉੱਤੋਂ ਪਲੇ ਦਾ ਤਬਾਹ ਛੱਡਦੇ ਆ। ਜਿੰਨਾ ਚਿਰ ਇਹਨਾਂ ਦੇ ਸਿਰ 'ਤੇ ਨਾ ਚੜ੍ਹ ਕਰੀਏ, ਉਨ ਚਿਰ ਕੰਮ ਨਹੀਂ ਕਰਦੇ। ਮਾੜਾ ਜਿੰਨਾ ਕਿਤੇ ਇੱਧਰ ਉੱਧਰ ਹੋਈਏ ਨਾ, ਬੋਰੀਆਂ 'ਤੇ ਚੜ੍ਹ ਕੇ ਸੌਂਦੇ ਆ। ਚੌਧਰੀ ਤੂੰ ਫਿਰ ਸੱਚਾ ਹੀ ਤਾਪਦਾ। ਹੋਰ ਕੀ? ਉਹ ਚੱਲ ਇਹ ਗੱਲ ਛੱਡ ਚੌਧਰੀ, ਜਿਹੜੀ ਪਿੰਡ ਡੀਪੂਆਂ 'ਚੋਂ ਕਣਕ ਜਾਂਦੀ ਉਹ ਵੀ ਇੱਥੋਂ ਜਾਂਦੀ ਆ? ਨਹੀਂ, ਘਰ ਭੜੋਲਾ ਰੱਖਿਆ ਵਾ, ਉੱਥੋਂ ਜਾਂਦੀ ਆ। ਕਿ ਦੱਸ, ਇੱਥੋਂ ਸਰਕਾਰੀ ਗੋਦਾਮਾਂ ਜਿਵੇਂ ਟਰੱਕ ਭਰ ਭਰ ਚੱਲ ਜਾਂਦੇ ਆ, ਉੱਥੋਂ ਬਾਅਦ ਵਿੱਚ ਡੀਪੂ ਜਾਂਦੀ ਆ। ਉਹ ਖਿੱਚਦੋ ਖਿੱਚਦੋ ਸ਼ੇਰੋ, ਕੰਮ ਸ਼ਾਮਾਂ ਤੱਕ ਢੇਰ ਮੁੱਕਣਾ ਚਾਹੀਦਾ ਵਾ। ਕੋਈ ਨੀ ਚੌਧਰੀ ਸਾਹਿਬ, ਸ਼ਾਮਾਂ ਤੱਕ ਮੁੱਕ ਜੂਗਾ ਅੱਜ। ਉਹ ਭਾ ਤੂੰ ਉਹ ਚੌਧਰੀ ਆ ਜਦੋਂ ਪਿੰਡ 'ਚ ਲੜਾਈ ਹੁੰਦੀ ਤੇ ਕਹਿੰਦੇ ਜਾ ਜਾ ਕੇ ਆਪਣਾ ਕੰਮ ਕਰ ਵੱਡਾ, ਤੂੰ ਚੌਧਰੀ। ਉਹ ਨਹੀਂ ਨਹੀਂ ਚੌਧਰ ਪੁਣਾ ਤਾਂ ਮੈਂ ਕੀ ਲਿਆ, ਪਹਿਲਾਂ ਤਾਂ ਮੈਂ ਵੀ ਪੱਲੇਦਾਰੀ ਕਰਦਾ ਰਿਹਾ ਵਾਂ। ਉਹ ਤੁਹਾਡੀ ਢੇਰੀ ਕਿੱਥੇ ਆ? ਆ ਲੱਗੀ। ਚਲ ਆ ਵਿਖਾ ਜਰਾ। ਉਹ ਆ ਢੇਰ ਆ ਤੁਹਾਡਾ? ਉਹ ਨਹੀਂ ਸਾਡਾ, ਤੇ ਆ ਪਤਾ ਨਹੀਂ ਕਿੰਨੇ ਵਿੱਚ ਲਿਆਣ ਕਰ ਲਾਤੀ ਆ। ਓਏ ਆ ਕੇ ਇੰਨੀ ਕੁ ਲੈ ਗਏ ਹੋ? ਜਿੰਨੀ ਪੈਲੀ ਓਨੀ ਲਿਆਉਣੀ, ਹੋਰ ਅਸੀਂ ਲਾਗੋ ਗੁਆਂਢੀਆਂ ਦੀ ਵੱਢ ਲਿਆਉਣੇ। ਓਏ ਆ ਕਿੱਥੋਂ ਨਿਰਾ ਘੱਟਾ ਹੀ ਇਕੱਠਾ ਕਰਕੇ ਲਿਆਂਦਾ ਵਾ? ਤੇ ਉਹ ਏਡੇ ਏਡੇ ਪੱਖੇ ਲਾਏ ਉਹਨਾਂ ਨੇ, ਡਾਲਿਓ ਕਿ ਰਾਤ ਸੌਣ ਨੂੰ ਲਾਏ ਆ। ਉਹ ਡਾਈ ਦੀ ਕਿਤੇ ਮਾੜੀ ਮੋਟੀ ਆ, ਤੁਸੀਂ ਤਾਂ ਨਿਰੀ ਮਿੱਟੀ ਇਕੱਠੀ ਕਰਕੇ ਲਿਆਂਦੀ ਆ, ਓਨੀ ਕਣਕ ਨਹੀਂ ਆ ਜਿੰਨੀ ਮਿੱਟੀ ਆ। ਆ ਕਣਕ ਲੱਗੀ ਵੀ ਆ ਤੁਹਾਡੀ? ਲੱਗ ਕੇ ਤਾਂ ਟਰਾਲੀ 'ਚ ਗਈ ਆ, ਹੁਣ ਇਹ ਤਾਂ ਵਢਾਈ ਆ। ਅਸੀਂ ਕਿਹੜਾ ਭੜੋਲੇ 'ਚੋਂ ਕੱਢ ਕੇ ਲਿਆਂਦੀ ਆ? ਭੜੋਲੇ 'ਚੋਂ ਨਹੀਂ ਕੱਢ ਕੇ ਲਿਆਂਦੀ, ਲੱਗਦਾ ਵੀ ਸਸਤਾ ਹੀ ਭਾਅ ਛੱਡਿਆ ਵਾ, ਤਾਂ ਹੀ ਉਹ ਕਾਲੀ ਜੀ ਆ। ਗੱਲ ਸੁਣ ਮੇਰੀ, ਰੇਟ ਦਾ ਅੱਧਾ ਮਿਲਣਾ ਵਾ। ਐਦਾਂ ਕਿੱਦਾਂ ਅੱਧਾ ਮਿਲਣਾ ਚੌਧਰੀ? ਬਾਪੂ ਆਟੇ ਨੇ ਸਾਰਾ ਸਿਆਲ ਰਜਾਈ 'ਚ ਪੈ ਕੇ ਨਹੀਂ ਵੇਖਿਆ, ਤੂੰ ਦਰ ਵੀ ਪਾਣੀ ਲਾਉਂਦਾ ਰਿਹਾ ਵਾ। ਤੂੰ ਹੌਲੀ ਜੀ ਮੂੰਹ ਲਾ ਕੇ ਕਹਿਤਾ ਵੀ ਰੇਟ ਅੱਧਾ ਮਿਲਣਾ ਆ। ਅੱਛਾ, ਤੇ ਇਹਦਾ ਮਤਲਬ ਕਿ ਸਾਰਾ ਸਿਆਲ ਬਾਪੂ ਨੂੰ ਤੋਰ ਛੱਡਿਆ ਵਾ, ਹੁਣ ਪੈਸੇ ਲੈਣ ਵਾਰੀ ਤੁਸੀਂ ਗਾਹ ਆ ਗਏ ਹੋ। ਰੇਟ ਤਾਂ ਅੱਧਾ ਹੀ ਮਿਲਣਾ, ਪੂਰਾ ਨਹੀਂ ਮਿਲਣਾ ਚੌਧਰੀ? ਰੇਟ ਤੇ ਅਸੀਂ ਲੈਣਾ ਹੀ ਪੂਰਾ, ਬੰਦੇ ਦੇ ਪੁੱਤਾਂ ਵਾਂਗੂ ਕਣਕ ਜੋਗਦੇ, ਕਿਤੇ ਤੂੰ ਨਾ ਸਾਡੇ ਇੱਥੋਂ ਪੂਰਾ ਜੀ। ਓ ਆ ਜੀ ਵਾ ਗਾਇਸ, ਵੀਡੀਓ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਇਸ ਤਰ੍ਹਾਂ ਦੀਆਂ ਰਿਐਕਸ਼ਨ ਹੋਰ ਦੇਖਣ ਲਈ। ਮਿਲਾਂਗੇ ਨੈਕਸਟ ਵੀਡੀਓ। ਥੈਂਕ ਯੂ।